ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਤੇ ਪਰਚੇ ਦਰਜ ਹੋਏ ਹੈ, ਉਹਨਾਂ ਪਰਚਿਆਂ ਨੂੰ ਰੱਦ ਕਰਾਉਣ ਦੀ ਮੰਗ ਸੀਗੀ। ਵੀ MSP ਲੈਣ ਖਾਤਰ ਦਿੱਲੀ ਅੰਦੋਲਨ ਵਾਂਗੂ ਕਰੜਾ ਅੰਦੋਲਨ ਹੀ ਕਰਨਾ ਪੈਣਾ, ਅੰਦੋਲਨ ਨਾਲ ਹੀ MSP ਲਈ ਜਾਣੀ। ਜਬ ਸੇ ਮੋਦੀ ਜੀ ਆਏ ਹਨ ਤਬ ਸੇ ਡੀਜ਼ਲ ਕੇ ਜੋ ਰੇਟ ਹੈ ਕਭੀ ਵੀ 75 ਸਾਲੋਂ ਮੇਂ ਇਤਨੇ ਨਹੀਂ ਬੜੇ। ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ ਅੱਜ ਪੂਰੇ ਭਾਰਤ ਵਿੱਚ ਰੇਲ ਰੋਕੋ ਪ੍ਰਦਰਸ਼ਨ ਕੀਤੇ ਗਏ। ਪੰਜਾਬ ਅਤੇ ਹਰਿਆਣਾ ਸਣੇ ਕਈ ਸੂਬਿਆਂ ਵਿੱਚ ਥਾਂ ਥਾਂ 'ਤੇ ਕਿਸਾਨਾਂ ਵੱਲੋਂ ਰੇਲ ਟਰੈਕ ਜਾਮ ਕੀਤੇ ਗਏ। ਇਸ ਤੋਂ ਇਲਾਵਾ ਸੜਕੀ ਆਵਾਜਾਈ ਰੋਕਣ ਲਈ ਟੋਲ ਪਲਾਜ਼ਿਆਂ ਉੱਤੇ ਵੀ ਮੁਜ਼ਾਹਰੇ ਕੀਤੇ ਗਏ। ਇਹ ਮੁਜ਼ਾਹਰਾ ਸਵੇਰੇ 11 ਵਜੇ ਤੋਂ 3 ਵਜੇ ਤੱਕ ਰਿਹਾ। ਪੰਜਾਬ ਵਿੱਚ ਮੁਜ਼ਾਹਰੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸਣੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਹੋਰ ਜਥੇਬੰਦੀਆਂ ਨੇ ਹਿੱਸਾ ਲਿਆ। ਕੇਂਦਰ ਸਰਕਾਰ ਖਿਲਾਫ ਇਹ ਮੁਜ਼ਾਹਰੇ MSP ਉੱਤੇ ਕਾਨੂੰਨ ਬਣਾਉਣ, ਕਿਸਾਨ ਅੰਦੋਲਨ ਵਿੱਚ ਸ਼ਾਮਿਲ ਕਿਸਾਨਾਂ ਉੱਤੇ ਦਰਜ ਕੇਸ ਵਾਪਸ ਲੈਣ, ਲਖੀਮਪੁਰੀ ਘਟਨਾ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਸਣੇ ਕਈ ਹੋਰ ਮੁੱਦਿਆਂ ਨੂੰ ਲੈ ਕੇ ਰਹੇ। ਅਸੀਂ ਬਠਿੰਡਾ, ਅੰਮ੍ਰਿਤਸਰ ਅਤੇ ਬਰਨਾਲਾ ਵਿਖੇ ਰੇਲ ਰੋਕੋ ਪ੍ਰਦਰਸ਼ਨ ਵਿੱਚ ਸ਼ਾਮਿਲ ਕੁਝ ਲੋਕਾਂ ਦੇ ਨਾਲ ਗੱਲਬਾਤ ਕੀਤੀ। ਸਭ ਤੋਂ ਅਹਿਮ ਮੰਗ ਹੈ MSP ਦੀ ਗਰੰਟੀ ਦਾ ਕਾਨੂੰਨ ਬਣਾਉਣਾ, ਜਨਤਕ ਵੰਡ ਪ੍ਰਣਾਲੀ ਦੀ ਮੰਗ ਹੈ। ਉਹਦੇ ਨਾਲ ਇਸੇ ਤਰ੍ਹਾਂ ਹੀ ਜਿਹੜੇ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ 'ਤੇ ਪਰਚੇ ਦਰਜ ਹੋਏ ਹੈ, ਉਹਨਾਂ ਪਰਚਿਆਂ ਨੂੰ ਰੱਦ ਕਰਾਉਣ ਦੀ ਮੰਗ ਸੀਗੀ। ਜਿਹੜਾ ਲਖੀਮਪੁਰ ਖੀਰੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਕਿਸਾਨਾਂ ਦੇ ਉੱਤੇ ਅਸੀਸ ਮਿਸਰੇ ਵੱਲੋਂ, ਅਜੇ ਮਿਸਰੇ ਵੱਲੋਂ ਗੱਡੀਆਂ ਚੜ੍ਹਾ ਕੇ ਕਿਸਾਨਾਂ ਨੂੰ ਸ਼ਹੀਦ ਕੀਤਾ, ਉਹਨਾਂ ਦੇ ਪਰਿਵਾਰਾਂ ਨੂੰ ਇਨਸਾਫ ਦੀ ਮੰਗ ਹੈਗੀ ਹੈ। ਇਸੇ ਤਰ੍ਹਾਂ ਹੀ ਜਿਹੜੇ ਕਿਸਾਨ ਦਿੱਲੀ ਸੰਘਰਸ਼ ਦੌਰਾਨ ਸ਼ਹੀਦ ਹੋਏ ਹੈ, ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਦੀ ਗੱਲ ਹੈਗੀ ਹੈ। ਇਹਨਾਂ ਮੰਗਾਂ ਨੂੰ ਲੈ ਕੇ ਅੱਜ ਦਾ ਜਿਹੜਾ ਇਹ ਪ੍ਰੋਟੈਸਟ ਹੈ, ਚੱਕਾ ਜਾਮ ਹੈ ਰੇਲਵੇ ਦਾ, ਇਹ ਕੀਤਾ ਹੋਇਆ ਹੈਗਾ। ਅਸੀਂ ਸਮਝਦੇ ਹਾਂ ਜਿਹੜੇ ਮਸਲਿਆਂ 'ਤੇ ਕਮੇਟੀਆਂ ਬਣਾ ਦਿੱਤੀਆਂ ਜਾਂਦੀਆਂ ਸਰਕਾਰਾਂ, ਕਮੇਟੀ ਬਣਾ ਕੇ ਉਸ ਮੁੱਦੇ 'ਤੇ ਮਿੱਟੀ ਪਾਉਣਾ ਹੁੰਦਾ ਜਾਂ ਉਹਨੂੰ ਲਮਕਾਉਣਾ ਹੁੰਦਾ। ਜਿਹੜਾ ਪੰਜਾਬ ਅਨਾਜ ਪੂਲ ਦੇ ਵਿੱਚ 70-80% 1.5% ਸਾਡੇ ਕੋਲ ਜ਼ਮੀਨ ਆ ਉਪਜਾਊ ਜਿਹੜੀ, ਉਹਦੇ ਵਿੱਚੋਂ 70-80% ਅਨਾਜ ਪੂਲ ਦੇ ਵਿੱਚ ਯੋਗਦਾਨ ਪਾਉਂਦਾ, ਉਸ ਪੰਜਾਬ ਨੂੰ ਅਣਦੇਖਿਆ ਕੀਤਾ। ਇਸ ਕਰਕੇ ਉਹ MSP 'ਤੇ ਕੋਈ ਵਧੀਆ ਹੱਲ ਨਹੀਂ ਕੱਢਣਾ ਚਾਹੁੰਦੇ, ਮਿੱਟੀ ਪਾਉਣਾ ਚਾਹੁੰਦੇ ਆ। ਉਸ ਕਮੇਟੀ ਨੂੰ ਅਸੀਂ ਬਿਲਕੁਲ ਰੱਦ ਕਰਦੇ ਹਾਂ। ਅਸੀਂ ਤਾਂ ਲੋਕਾਂ ਨੂੰ ਇਹੀ ਸੱਦਾ ਦੇਵਾਂਗੇ ਵੀ MSP ਲੈਣ ਖਾਤਰ ਦਿੱਲੀ ਅੰਦੋਲਨ ਵਾਂਗੂ ਕਰੜਾ ਅੰਦੋਲਨ ਹੀ ਕਰਨਾ ਪੈਣਾ, ਅੰਦੋਲਨ ਨਾਲ ਹੀ MSP ਲਈ ਜਾਣੀ। ਇਹ ਜੈਕਸ਼ਨ ਰੋਕਿਆ ਹੋਇਆ 3 ਥਾਵਾਂ 'ਤੇ, ਸਾਡੀਆਂ ਪੰਜਾਬ 'ਚ ਰੇਲਾਂ ਰੋਕੀਆਂ, ਦੂਜੇ ਥਾਵਾਂ 'ਤੇ ਟੂਲ ਪਲਾਜ਼ਿਆਂ 'ਤੇ ਹਜ਼ਾਰਾਂ ਦੀ ਗਿਣਤੀ ਸਾਡੇ ਭੈਣ ਭਰਾ ਔਰਤਾਂ ਅੱਜ ਦੇ ਦਿਨ ਦਾ ਉਹ ਚੱਕਾ ਜਾਮ 'ਚ ਸ਼ਾਮਲ ਹੈ। 4 ਘੰਟੇ ਦੇ ਇਸ ਰੇਲ ਰੋਕੋ ਪ੍ਰਦਰਸ਼ਨ ਦੌਰਾਨ ਕਈ ਮੁਸਾਫਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਬਠਿੰਡਾ ਤੋਂ ਬਾਅਦ ਹੁਣ ਅਸੀਂ ਰੁੱਖ ਕਰਦੇ ਹਾਂ ਅੰਮ੍ਰਿਤਸਰ ਦਾ, ਜਿੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲ ਰੋਕੋ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ ਗਈ। ਮੁੱਖ ਮੰਗ ਤੋਂ ਇਹ ਹੈ ਕਿ ਇੱਕ ਤੋਂ ਜੋ ਦਿੱਲੀ ਮੇਂ ਮੋਰਚਾ ਚਲਾ ਥਾ ਹਮਾਰਾ ਲਗਭਗ 13 ਮਹੀਨੇ, ਉਸਮੇਂ ਮੋਦੀ ਸਰਕਾਰ ਨੇ ਹਮਾਰੇ ਸਾਥ ਸਮਝੌਤਾ ਕੀਆ ਥਾ ਕਿ ਹਮ ਆਪਕੀ ਜੋ 3 ਕਾਨੂੰਨ ਹੈ ਇਸਕੋ ਰਿਪੀਲ ਕਰ ਲਿਆ, ਵਾਪਸ ਲੈ ਲਿਆ ਹੈ, ਔਰ ਆਪਕੀ ਜੋ MSP ਗਰੰਟੀ ਕਾਨੂੰਨ ਕੀ ਮੰਗ ਹੈ ਵੋ ਵੀ ਮਾਨ ਲਈ ਹੈ, ਉਸਕੇ ਉੱਪਰ ਹਮ ਕਮੇਟੀ ਬਣਾ ਕੇ ਇਸਕੋ ਪੂਰਾ ਕਰ ਦੇਂਗੇ। ਅਬ ਹਮੇ ਲਗਤਾ ਵੀ MSP ਗਰੰਟੀ ਕਾਨੂੰਨ ਕੇ ਉੱਪਰ ਸਰਕਾਰ ਮੁਕਰ ਚੁੱਕੀ ਹੈ, ਔਰ ਜੋ ਕਮੇਟੀ ਬਣਾਈ ਗਏ ਵੋ ਹਮੇ ਨਾ ਮਨਜ਼ੂਰ ਹੈ, ਲਗਭਗ ਹਮਾਰੀ ਕਮੇਟੀ ਨਹੀਂ ਹੈ, ਉਸਮੇ ਸੇ ਵੋ ਲੋਕ ਬੈਠੇ ਹੋਏ ਹੈ ਜੈਸੇ ਜੋ ਉਨਕੇ ਚੇਅਰਮੈਨ ਹੈ ਸੰਜੇ ਅਗਰਵਾਲ ਜੀ, ਜੈਸੇ ਨੀਤੀ ਆਯੋਗ ਕੇ ਇੱਕ ਮੈਂਬਰ ਹੈ ਚੰਦਰ ਜੀ, ਇਹ ਸਭ ਜੋ ਖੇਤੀ ਕਾਨੂੰਨ ਥੇ ਉਨਕੇ ਪਕਸ਼ਧਰ ਰਹੇ ਹੈ, ਤੋ ਹਮੇ ਇਨਸੇ ਕੋਈ ਜ਼ਿਆਦਾ ਆਸ਼ਾ ਨਹੀਂ ਹੈ ਵੀ ਕਿਸ ਕਮੇਟੀ ਸੇ ਹਮਾਰਾ ਕੁਛ ਬਣਨੇ ਵਾਲਾ ਹੈ।
जब से मोदी जी आए हैं तब से डीजल के जो रेट है कभी भी 75 सालों में इतने नहीं बढ़े, उर्वरक के जो दाम से खादों के वो इतने कभी भी बढ़े नहीं हैं। तो हमारे लागत खर्चे बहुत ज़्यादा, पेस्टिसाइड और अन्य बीज के रेट बहुत बढ़े हैं, बीजों में इससे सबसे बड़ी बात है बीज नकली मिल रहे हैं हमें। और जो आपकी बात है सही बात है, ये प्रोटेस्ट कब तक, तब तक हमारा रोटी का सवाल है, पेट का सवाल है, हमारे पास और रास्ता नहीं है। जब तक सरकार बात नहीं मानेगी तब तक प्रोटेस्ट करते रहेंगे अलग अलग तरीके से। बेशक आज 4 घंटे का अवरोध हुआ है, लोगों को नागरिकों को समस्या तो आएंगी, हमने पहले 1 महीना पहले बोल रखा है कि आप 11 से 3 बजे तक मत आइए। अब सरकार जिम्मेवार है जो हमारे साथ फैसला करके ये मांगों को निपटारा नहीं कर रहा। किसान एकता मोर्चे की कॉल उत्ते रेल रोको प्रदर्शन हालांकि आज 4 घंटे लई सी, पर इस तो इलावा पंजाब विच वख-वख थावां ते कई टोल प्लाजियां उत्ते भी धरना प्रदर्शन किया गया, जिस कारण सड़की मार्ग उत्ते जाने वाले मुसाफरां नूं भी कई दिक्कतां दा सामना करना पिया। सरकार ने मोर्चा खत्म करने वेले वादा करिया सी, उह वादे तों भज्जदी आ नज़र आ रही है सरकार, ते भज्जिया उन्हां मंगां नूं लै के अज सारे भारत दे विच संयुक्त मार्चे दे सद्दे ते भारतीय किसान यूनियन एकता ग्राहां वल्लों चीमा जोधपुर टूल प्लाजा ਅਤੇ ਬਰਨਾਲੇ ਜ਼ਿਲ੍ਹੇ 'ਚ ਵੱਡ ਵੱਡ ਟੂਲ ਪਲਾਜ਼ਾ ਦੋਨੇ ਟੂਲ ਪਲਾਜ਼ਾ 'ਤੇ ਜਾਮ ਕੀਤਾ। ਜਿਹੜੇ ਸਰਕਾਰ ਨੇ ਆਪ ਐਲਾਨ ਕੀਤੇ ਉਦੋਂ ਭੱਜ ਰਹੀ ਹੈ, ਫਿਰ ਕੀ ਕੀਤਾ, ਵਾਅਦਾ ਖਿਲਾਫੀ ਹੈ ਸਰਕਾਰ ਦੀ। ਅੱਜ ਸਾਡੇ ਨੌਜਵਾਨਾਂ 'ਚ, ਸਾਡੇ ਮਜ਼ਦੂਰਾਂ 'ਚ, ਸਾਡੇ ਕਿਸਾਨਾਂ 'ਚ ਰੋਸ ਆ। ਸ਼ੁਰੂ ਕਰਨ ਲੱਗਿਆ ਉਸ ਤੋਂ ਪਹਿਲਾਂ ਜੋ